ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੀ ਸਵੇਰ ਦੇ 8:30 ਵਜੇ ਲੈ ਕੇ ਆਉਂਦੇ ਹਾਂ। ਤੇ ਸੂਟ ਘਰੇ ਮੰਗਵਾਉਣ ਵਾਸਤੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹ ਸਾਡਾ WhatsApp ਨੰਬਰ ਹੈ, ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਣੇ ਅਵੇਲੇਬਿਲਟੀ ਪਤਾ ਲੱਗਣ ਤੇ। ਕੈਸ਼ ਔਨ ਡਿਲੀਵਰੀ ਨੂੰ ਛੱਡ ਕੇ ਹੋਰ ਕਿਸੇ ਮੈਥਡ ਦੇ ਨਾਲ ਪੇਮੈਂਟ ਕਰ ਦਿਓ, ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਤੇ ਜੇ ਤੁਸੀਂ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਫਿਰ ਐਡਰੈਸ ਨੋਟ ਕਰ ਲਓ, ਕਲੀਅਰ ਕਲੋਥ ਹਾਊਸ ਜੌੜੀਆਂ ਸੜਕਾਂ ਨੇੜੇ ਢਿੱਲੋਂ ਫਨਵਰਡ ਚੀਕੇ ਵਾਲਾ ਮੋੜ ਪਟਿਆਲਾ। ਤੇ ਤੁਸੀਂ ਆਉਣ ਤੋਂ ਪਹਿਲਾਂ ਇੱਕ ਫੋਨ ਜ਼ਰੂਰ ਕਰਨਾ ਜੀ ਆਉਣਾ, ਕਿਉਂਕਿ ਸੰਡੇ ਸਾਡਾ ਆਫ ਹੁੰਦਾ, ਟਾਈਮ ਹੈ 10 ਤੋਂ 5 ਤੇ ਕਦੇ ਕਦੇ ਕੰਮ ਧੰਦੇ ਕਰਕੇ ਅੱਗੇ ਪਿੱਛੇ ਵੀ ਆਫ ਕਰ ਲੈਂਦੇ, ਇਸ ਕਰਕੇ ਫੋਨ ਜ਼ਰੂਰ ਕਰਨਾ, ਉਹ ਨਹੀਂ ਭੁੱਲਣਾ, ਠੀਕ ਹੈ ਜੀ। ਤੇ ਇੱਕ ਅੱਜ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਅਨਾਊਂਸਮੈਂਟ ਤੁਹਾਨੂੰ ਕਰਨੀ ਹੈ, ਉਹ ਇਹ ਕਿ ਅੱਗੇ ਆਪਾਂ ਇੰਡੀਆ ਥਰੂ ਆਊਟ ਇੰਡੀਆ ਫ੍ਰੀ ਸ਼ਿਪਿੰਗ ਦਿੰਦੇ ਸੀ, ਤੇ ਹੁਣ ਦੂਜੀਆਂ ਸਟੇਟਾਂ 'ਚ ਜਦੋਂ ਪਾਰਸਲ ਜਾਂਦੇ ਹੈ ਤਾਂ ਉਦੋਂ ਕੁਛ ਕੁ ਡੈਮੇਜ ਦੇ ਸਾਨੂੰ ਪ੍ਰੋਬਲਮਸ ਆਉਣ ਲੱਗ ਗਈਆਂ, ਹੈ ਨਾ, ਕੁਛ ਕੁ ਪ੍ਰੋਬਲਮਸ ਆ ਗਈਆਂ। ਇਸ ਕਰਕੇ ਅਸੀਂ ਜਿਹੜੀ ਦੂਜੀ ਸਟੇਟ ਦੇ ਵਿੱਚ ਜਦੋਂ ਵੀ ਪਾਰਸਲ ਜਾਊਗਾ ਉਹ ਅਸੀਂ ਫ੍ਰੀ ਸ਼ਿਪਿੰਗ ਨਹੀਂ ਕਰਾਂਗੇ, ਉਹਦੀ ਤੁਸੀਂ ਅੱਧੀ ਸ਼ਿਪਿੰਗ ਦੇਣੀ ਹੋਊਗੀ ਸਾਨੂੰ, ਠੀਕ ਹੈ, ਮਤਲਬ 50 ਰੁਪੀਜ਼। ਤੇ ਜਿਹੜੇ ਪੰਜਾਬ 'ਚ ਹੋਣਗੇ ਉਹਨਾਂ ਦੀ ਫ੍ਰੀ ਸ਼ਿਪਿੰਗ ਚੱਲੂਗੀ ਇਸੇ ਤਰ੍ਹਾਂ ਹੀ, ਠੀਕ ਹੈ। ਤੇ ਦੂਜੀਆਂ ਸਟੇਟਾਂ ਵਾਲਿਆਂ ਦੀ ਅਸੀਂ ਪ੍ਰਾਈਵੇਟ ਸਰਵਿਸਿਜ਼ ਯੂਜ਼ ਕਰਾਂਗੇ ਤੇ ਉਹ ਵੀ ਅਥੈਂਟਿਕ ਪੂਰੀਆਂ, ਹੈ ਨਾ। DTDC ਵਗੈਰਾ ਉਹਨਾਂ ਦੇ ਪ੍ਰਾਈਸਿਸ ਥੋੜ੍ਹੇ ਵੱਧ ਹੁੰਦੇ ਆ, ਇਸ ਕਰਕੇ ਹੁਣ ਜਿੰਨੇ ਵੀ ਆਪਾਂ ਦੂਜੀਆਂ ਸਟੇਟਾਂ ਤੋਂ ਦੇਖ ਰਹੇ ਹਾਂ ਤੁਸੀਂ ਸਾਨੂੰ, ਉਹਨਾਂ ਸਾਰਿਆਂ ਲਈ ਇਹ ਅਨਾਊਂਸਮੈਂਟ ਜ਼ਰੂਰੀ ਹੈ ਸੁਣਨੀ ਕਿ ਅਸੀਂ ਤੁਹਾਡੇ ਤੋਂ ਸ਼ਿਪਿੰਗ ਚਾਰਜਸ ਲਿਆ ਕਰਾਂਗੇ, ਠੀਕ ਹੈ ਜੀ। ਤੇ ਲਓ ਜੀ, ਕਰਦੇ ਹਾਂ ਸ਼ੁਰੂ ਅੱਜ ਆਪਾਂ। ਅੱਜ ਜਿਹੜੇ ਤੁਹਾਨੂੰ ਸੂਟ ਦੇਣੇ ਆ ਉਹ ਆਪਾਂ ਦੇਣੇ ਆ ਤੁਹਾਨੂੰ ਜੋਰਜਟ ਸਾਟਨ, ਠੀਕ ਹੈ। ਸਾਟਨ ਤੇ ਜੋਰਜਟ ਦਾ ਮਿਕਸਚਰ ਨਵਾਂ ਫੈਬਰਿਕ ਆਇਆ, ਠੀਕ ਹੈ, ਬਹੁਤ ਪਿਆਰਾ ਜੀਵਿਕਾ ਦਾ ਬ੍ਰਾਂਡ ਦਾ ਹੀ ਹੋਊਗਾ, ਠੀਕ ਹੈ। ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜੀਵਿਕਾ ਕ੍ਰੀਏਸ਼ਨ ਦਾ ਹੀ ਹੋਊਗਾ, ਨੋਨ ਬ੍ਰਾਂਡਡ ਆਈਟਮਾਂ ਅਸੀਂ ਨਹੀਂ ਡੀਲ ਕਰਦੇ, ਤੇ ਮਤਲਬ ਜਿਹੜੇ ਥੋੜੇ ਸਟੇਬਲ ਬ੍ਰਾਂਡ ਹੈ ਉਹਨਾਂ ਦੀਆਂ ਚੀਜ਼ਾਂ ਤੁਹਾਨੂੰ ਦਿੰਦੇ ਹਾਂ। ਤੇ ਇਹਦੇ ਜਿਹੜਾ ਫੈਬਰਿਕ ਮਿਲੂਗਾ ਤੁਹਾਨੂੰ ਇਹ ਇਸ ਤਰ੍ਹਾਂ ਹਲਕੀ ਹਲਕੀ ਲਸਟਰ ਹੋਊਗੀ ਸਾਟਨ ਵਰਗੀ, ਤੇ ਹੋਊਗਾ ਤੁਹਾਨੂੰ ਬਣੂਗਾ ਇਹ, ਦੇਖੋ ਤੁਸੀਂ ਨਜ਼ਰ ਆ ਲਓ ਵੀ ਤੁਹਾਨੂੰ ਮਿਲੂ ਬਣੂਗਾ ਤਾਂ ਇਹ ਵੀ ਲਾਈਨਿੰਗ ਨਾਲ, ਹੈ ਨਾ। ਤੇ ਕਿਉਂਕਿ ਜੋਰਜਟ ਦੇ ਵਿੱਚ ਹੀ ਥੋੜੀ ਜਿਹੀ ਸਾਟਨ ਮਿਕਸ ਕਰਕੇ ਉਹਨੂੰ ਬਣਾਇਆ ਗਿਆ ਤੇ ਬਹੁਤ ਪਿਆਰਾ ਫੈਬਰਿਕ ਬਣਿਆ, ਠੀਕ ਹੈ। ਇਹਦਾ ਇਹ ਚੀਜ਼ ਤੁਹਾਨੂੰ ਇੱਕ ਹੋਰ ਪਲੱਸ ਪੁਆਇੰਟ ਦੱਸ ਦਿੰਦੀ ਹੈ, ਜਿਵੇਂ ਮੰਨ ਲਓ ਕਿ ਆਪਾਂ ਕਿਸੇ ਨੂੰ ਗਿਫਟ ਕਰਨੀ ਹੈ ਚੀਜ਼, ਹੈ ਨਾ, ਤੇ ਜਦੋਂ ਆਪਾਂ ਜੋਰਜਟ ਦਾ ਸੂਟ ਦਿੰਦੇ ਹਾਂ ਉਹ ਆਪਾਂ ਨੂੰ ਥੋੜਾ ਜਿਹਾ ਉਹ ਲੈਵਲ ਨਹੀਂ ਲੱਗਦਾ ਹੁੰਦਾ ਜੇ ਪ੍ਰਿੰਟਡ ਆਪਾਂ ਕਿਸੇ ਨੂੰ ਦੇ ਦਿੰਦੇ ਹਾਂ, ਪਰ ਇਹਦਾ ਇੰਨਾ ਕੁ ਲੈਵਲ ਹੈ ਕਿ ਜਿਹੜੇ ਪ੍ਰਾਈਸ ਤੇ ਤੁਹਾਨੂੰ ਦਵਾਂਗੇ ਬੰਦਾ ਖੁਦ ਨਹੀਂ ਸੋਚ ਸਕੂਗਾ ਕਿ ਇੰਨੇ ਦਾ ਆਇਆ ਹੋਊਗਾ। ਤੇ ਤੁਸੀਂ ਇਹਦੇ ਨਾਲ ਜੇ ਤੁਸੀਂ 200-250 ਦਾ 300 ਦਾ ਦੁਪੱਟਾ ਲਾ ਕੇ ਕਿਸੇ ਨੂੰ ਆਰਾਮ ਨਾਲ ਤੁਸੀਂ ਬਹੁਤ ਪਿਆਰੀ ਆਈਟਮ ਪੇਸ਼ ਕਰ ਸਕਦੇ ਹੋ। ਜੇ ਆਪਾਂ ਵਿਆਹ ਸ਼ਾਦੀ 'ਚ ਵੀ ਦਵਾਂਗੇ ਨਾ ਤਾਂ ਵੀ ਇਹ ਬਹੁਤ ਵਧੀਆ ਰਹਿਣਗੇ, ਕਿਉਂਕਿ ਸਾਟਨ ਟਾਈਪ ਫੀਲ ਹੈ ਇਹਦੀ, ਬਹੁਤ ਪਿਆਰਾ ਫੈਬਰਿਕ ਹੈ। ਲੋ ਕਰਦੇ ਸ਼ੁਰੂ, ਤੇ ਬਹੁਤ ਸੋਹਣੀ ਸੋਹਣੀ ਪ੍ਰਿੰਟਿੰਗ, ਠੀਕ ਹੈ। ਤੇ ਗਰਮੀਆਂ ਦਾ ਹੀ ਮਟੀਰੀਅਲ ਹੈ, ਤੁਸੀਂ ਇਹ ਨਹੀਂ ਸੋਚਣਾ ਕਿ ਜੇ ਇਹ ਸਾਟਨ ਸ਼ਬਦ ਲੱਗ ਗਿਆ ਤਾਂ ਪਤਾ ਨਹੀਂ ਇਹ ਸਰਦੀਆਂ 'ਚ ਹੋਊਗਾ, ਗਰਮੀਆਂ ਦਾ ਹੀ ਮਟੀਰੀਅਲ ਹੈ ਲੇਟੈਸਟ। ਤੇ ਆਹ ਤੁਹਾਨੂੰ ਮਿਲਣੀ ਹੈ ਇਹਦਾ ਖੂਬਸੂਰਤ ਕਲਰ ਐਂਡ ਪ੍ਰਿੰਟ, ਅਗੇਨ ਜਿਵੇਂ ਆਪਾਂ ਉਹਦੇ ਜੋਰਜਟ ਦੇ ਬਣਾਉਣੇ ਹੈ, ਚਾਹੇ ਤੁਸੀਂ ਇਹਦੀ ਸਾੜੀ ਬਣਾਓ ਸੋਫਟ ਫੈਬਰਿਕ ਹੈ ਬਿਲਕੁਲ, ਚਾਹੇ ਤੁਸੀਂ ਇਹਦਾ ਸੂਟ ਬਣਾਓ, ਚਾਹੇ ਤੁਸੀਂ ਇਹਦਾ ਪਲਾਜ਼ੋ ਸੂਟ ਬਣਾਓ, ਚਾਹੇ ਤੁਸੀਂ ਇਹਦਾ ਟੌਪ ਬਣਾਓ ਜੀਨ ਦੇ ਨਾਲ, ਜੋ ਮਰਜ਼ੀ ਬਣਾਓ ਡਿਜ਼ਾਈਨਰ ਡਰੈਸ, ਚਾਹੇ ਤੁਸੀਂ ਗਾਊਨ ਬਣਾਓ, ਬਹੁਤ ਪਿਆਰੀ ਆਈਟਮ ਲੱਗਦੀ ਹੈ ਬਣੀ ਹੋਈ। ਤੇ ਫਲੋਈ ਫਲੋਈ ਫੈਬਰਿਕ ਹੈ, ਬਹੁਤ ਪਿਆਰਾ, ਤੇ ਆਟੋ ਫਿੱਟਡ ਜਿਵੇਂ ਜੋਰਜਟ ਹੁੰਦੀ ਹੈ ਉਵੇਂ ਹੈ, ਠੀਕ ਹੈ। ਤੇ ਆਹ ਖੂਬਸੂਰਤ ਕਲਰ ਠੀਕ ਆ ਗਿਆ ਤੁਹਾਡੇ ਕੋਲੇ, ਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ 1250 ਰੁਪਏ, ਠੀਕ ਹੈ, 1250 ਰੁਪਏ ਪੰਜਾਬ 'ਚ ਫ੍ਰੀ ਸ਼ਿਪਿੰਗ ਦੇ ਨਾਲ, ਤੇ ਦੂਜੀਆਂ ਸਟੇਟਾਂ ਦੇ ਲਾ ਲਓ ਤੁਸੀਂ 50-60 ਰੁਪਏ ਹੋਰ ਐਡ ਹੋ ਜਾਣਗੇ, ਠੀਕ ਹੈ। ਨੈਕਸਟ ਤੁਹਾਨੂੰ ਇਹਦੇ 'ਚ ਬਹੁਤ ਸਾਰੇ ਕਲਰ ਐਂਡ ਡਿਜ਼ਾਈਨ ਦਿਖਾਵਾਂਗੇ, ਬਲੈਕ ਦੇ ਉੱਪਰ ਨੈਗੇਟਿਵ ਐਂਡ ਪੋਜ਼ਿਟਿਵ ਦੋਨੋਂ ਪ੍ਰਿੰਟਿੰਗ ਹੈ, ਡਿਜੀਟਲ ਪ੍ਰਿੰਟਿੰਗ ਹੋਈ ਵੀ ਹੈ, ਬਹੁਤ ਸੋਹਣਾ ਹਲਕਾ ਜਿਹਾ ਪੀਚ ਜਿਹਾ ਫਲਾਰ, ਬਹੁਤ ਪਿਆਰੀ ਲੁੱਕ ਦੇ ਰਿਹਾ। ਤੁਸੀਂ ਸ਼ਰਟ ਪੀਸ ਲੈਣਾ ਚਾਹੋ ਅਸੀਂ ਦੇ ਦਾਂਗੇ, ਬਟ ਸ਼ਰਟ ਪੀਸ ਪੰਜਾਬ 'ਚ ਵੀ ਅਸੀਂ ਫਿਰ ਇਕੱਲਾ ਸ਼ਰਟ ਪੀਸ ਜਾਊਗਾ 2.5 ਮੀਟਰ, ਫਿਰ ਅਸੀਂ ਉਹਦੀ ਸ਼ਿਪਿੰਗ ਤੁਸੀਂ ਦਿਓਗੇ, ਪਰ 2 ਸ਼ਰਟ ਪੀਸ ਮੰਗਾ ਲਓਗੇ ਫਿਰ ਨਹੀਂ, ਮਤਲਬ ਮਿਨੀਮਮ ਤੁਹਾਡੇ ਆਪਣਾ ਪਾਰਸਲ ਦੇ ਵਿੱਚ 5 ਮੀਟਰ ਫੈਬਰਿਕ ਹੋਣਾ ਚਾਹੀਦਾ, ਫਿਰ ਤੁਹਾਨੂੰ ਪੰਜਾਬ 'ਚ ਸਾਰੀ ਸ਼ਿਪਿੰਗ ਫ੍ਰੀ ਹੋਊਗੀ, ਠੀਕ ਹੈ। ਤੇ ਆਹ ਤੁਹਾਨੂੰ ਮਿਲੂਗਾ ਅਗਲਾ ਸੂਟ, ਠੀਕ ਹੈ, ਬਹੁਤ ਪਿਆਰਾ ਲਸ਼ ਲਸ਼ ਕਰਦਾ ਫੈਬਰਿਕ, ਤੇ ਉਨੀ ਖੂਬਸੂਰਤ ਉਹਦੇ 'ਤੇ ਉਠਾ ਦਿੰਦੇ ਪ੍ਰਿੰਟ, ਠੀਕ ਹੈ। ਤੇ ਪ੍ਰਾਈਸ 1250 ਫੋਰ 5 ਮੀਟਰ, ਠੀਕ ਹੈ। ਲਓ ਜੀ ਅਗਲਾ ਦੇਖੋ, ਠੀਕ ਹੈ, ਬਹੁਤ ਪਿਆਰੀ ਲੁੱਕ ਦੇ ਵਿੱਚ, ਕਿਸੇ ਵੀ ਫਾਰਮ 'ਚ ਯੂਜ਼ ਕਰ ਲਓ, ਸਾੜੀ ਦੀ ਫਾਰਮ 'ਚ ਕਰ ਲਓ, ਆਹ ਵਾਲਾ ਕਲਰ ਆਊਗਾ, ਡਬਲ ਕਰਦੀ ਹਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਹੋਰ, ਕਿਉਂਕਿ ਨੀਚੇ ਟੇਬਲ ਦਿਖਦਾ, ਆਹ ਵਾਲਾ ਕਲਰ ਆਊਗਾ, ਪੀਚੀ ਜਿਹਾ ਕਲਰ ਹੈ ਇਹਦਾ, ਪੀਚੀ ਪਿੰਕ ਜਿਹਾ, ਠੀਕ ਹੈ। ਉਹਦੇ ਉੱਪਰ ਹਾਂ
ਤੁਸੀਂ ਨੋਟ ਕਰ ਲਿਆ ਕਲਰ ਤੇ ਆਹ ਤੁਹਾਨੂੰ ਮਿਲੂਗਾ ਪ੍ਰਿੰਟ ਬਹੁਤ ਸੋਹਣੀ ਪ੍ਰਿੰਟਿੰਗ ਹੈ ਹਨਾ ਅਨਡਿਫਾਈਨਡ ਜੀ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 1250 ਰੁਪਇਆ 1250 ਦੇ ਵਿੱਚ ਸੂਟ ਤੁਹਾਡੇ ਘਰ ਲਓ ਜੀ ਅਗਲਾ ਇੱਕ ਤੋਂ ਇੱਕ ਖੂਬਸੂਰਤ ਪ੍ਰਿੰਟ ਤੇ ਫੈਬਰਿਕ ਤਾਂ ਤੁਸੀਂ ਬਿਲਕੁਲ ਹੀ ਫਿਕਰ ਨਹੀਂ ਕਰਨੀ ਜੋ ਅਸੀਂ ਐਕਸਪਲੇਨ ਕੀਤਾ ਹੈ ਕਿੰਨਾ ਪਿਆਰਾ ਹਾਂ ਉਹੀ ਤੁਹਾਡੇ ਕੋਲ ਆਊਗਾ ਲਓ ਬਹੁਤ ਖੂਬਸੂਰਤ ਸੂਟ ਪਹੁੰਚਣੇ ਤੁਹਾਡੇ ਕੋਲ ਚਾਹੇ ਤੁਸੀਂ ਮੈਚਿੰਗ ਨਾਲ ਬਣਾਓ ਇਹ ਲਾ ਲਓ ਤੁਸੀਂ ਪਿਸਤਾ ਜੀ ਟੋਨ ਹੈ ਹਾਂ ਮਿੱਠਾ ਜਿਹਾ ਪਿਸਤਾ ਕਲਰ ਹੈ ਤੇ ਬਹੁਤ ਪਿਆਰਾ ਫੈਬਰਿਕ ਤੁਹਾਡੇ ਕੋਲ ਆਉਣ ਵਾਲਾ ਹੈ ਜਿਵੇਂ ਫਾਰਮਲ ਲੁੱਕ ਦੇ ਵਿੱਚ ਸੂਟ ਰੈਡੀ ਹੋ ਜਾਂਦੇ ਨੇ ਤੁਹਾਡੇ ਇਹ ਚਾਹੇ ਤੁਸੀਂ ਪਲੇਨ ਬੋਟਮ ਨਾਲ ਬਣਾਓ ਚਾਹੇ ਵਰਕ ਵਾਲੇ ਨਾਲ ਬਣਾਓ ਕਰੇਪ ਦੀ ਬੋਟਮ ਨਾਲ ਵੀ ਬਹੁਤ ਅੱਛਾ ਜਾਊਗਾ ਕਿਉਂਕਿ ਇਹਦੇ 'ਚ ਵੀ ਲਸਟਰ ਹੁੰਦੀ ਹੈ ਅਤੇ ਕਰੇਪ 'ਚ ਵੀ ਲਸਟਰ ਹੁੰਦੀ ਹੈ ਵਾਈਟ ਕਰੇਪ ਅਸੀਂ ਤੁਹਾਨੂੰ ਦੇ ਸਕਦੇ ਹਾਂ ਬੋਟਮ ਲਈ ਡਾਈ ਤੁਸੀਂ ਆਪੇ ਬਣਾਉਣੀ ਹੈ ਠੀਕ ਹੈ ਲਓ ਜੀ ਅਗਲਾ ਦੇਖੋ ਇੱਕ ਤੋਂ ਇੱਕ ਖੂਬਸੂਰਤ ਆਈਟਮ ਹੈ ਬਹੁਤ ਪਿਆਰੇ ਸੂਟ ਨੇ ਬਹੁਤ ਪਿਆਰੇ ਦੇਖੋ ਫੁੱਲ ਜਿੱਡਾ ਮਰਜ਼ੀ ਵੱਡਾ ਹੈ ਪਰ ਕਲਰ ਕੰਬੀਨੇਸ਼ਨ ਇਸ ਤਰੀਕੇ ਨਾਲ ਲੱਗਿਆ ਹੋਇਆ ਹੈ ਹਲਕਾ ਜਿਹਾ ਮੂਵ ਕਲਰ ਹੁਣ ਨੋਟ ਕਰ ਲਓ ਲਾਈਨਿੰਗ ਲਾ ਕੇ ਆਹ ਕਲਰ ਆਊਗਾ ਠੀਕ ਹੈ ਤੇ ਉਹਦੇ ਉੱਪਰ ਵਾਈਟ ਐਂਡ ਪੀਚ ਹਲਕੇ ਹਲਕੇ ਕਲਰ ਦੇ ਫੁੱਲ ਚਾਹੇ ਤੁਸੀਂ ਇਹਨੂੰ ਵਾਈਟ ਸਲਵਾਰ ਨਾਲ ਵੀਅਰ ਕਰਿਓ ਬਹੁਤ ਪਿਆਰਾ ਲੱਗੂ ਮੈਨੂੰ ਲੱਗਦਾ ਨਾ ਮੂਵ ਨਾਲੋਂ ਵੀ ਵਾਈਟ ਸਲਵਾਰ ਨਾਲ ਹੋਰ ਜ਼ਿਆਦਾ ਸੋਹਣਾ ਲੱਗੂਗਾ ਮਿੱਠਾ ਮਿੱਠਾ ਜਿਹਾ ਕਲਰ ਕੰਬੀਨੇਸ਼ਨ ਰੈਡੀ ਹੋ ਜਾਣਾ ਤੁਹਾਡਾ ਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 1250 ਰੁਪਏ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਜਿੱਦਾਂ ਦਾ ਅਸੀਂ ਐਕਸਪਲੇਨ ਕਰ ਰਹੇ ਹਾਂ ਸੇਮ ਹੀ ਆਊਗਾ ਜੇ ਤੁਸੀਂ ਸਾਡਾ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀ ਤੁਸੀਂ ਸਾਡੇ ਦੇ ਅੱਖਾਂ ਬੰਦ ਕਰਕੇ ਯਕੀਨ ਕਰ ਲਓ ਵੀ ਜੋ ਅਸੀਂ ਦਿਖਾ ਰਹੇ ਹਾਂ ਜੋ ਐਕਸਪਲੇਨ ਕਰ ਰਹੇ ਹਾਂ ਇਹੀ ਚੀਜ਼ ਆਊਗੀ ਤੁਹਾਡੀ ਠੀਕ ਹੈ ਜੀ ਨੈਕਸਟ ਲਓ ਜੀ ਲਓ ਜੀ ਦੇਖੋ ਬਿਊਟੀਫੁਲ ਜਸਟ ਬਿਊਟੀਫੁਲ ਫਰੋਕ ਸੂਟ ਬਹੁਤ ਪਿਆਰੇ ਲੱਗਦੇ ਨੇ ਗਾਊਨ ਬਹੁਤ ਸੋਹਣੇ ਲੱਗਦੇ ਲਓ ਜੀ ਦੇਖੋ ਕੁਛ ਵੀ ਕਹਿਣ ਦੀ ਜ਼ਰੂਰਤ ਨਹੀਂ ਜਸਟ ਬਿਊਟੀਫੁਲ ਆਈਟਮ ਹੈ ਜਸਟ ਬਿਊਟੀਫੁਲ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਸੂਟ ਹੈ ਬਹੁਤ ਜ਼ਿਆਦਾ ਬਿਲਕੁਲ ਹੀ ਅਨਡਿਫਾਈਨਡ ਪ੍ਰਿੰਟ ਅਤੇ ਕਲਰ ਬਹੁਤ ਪਿਆਰਾ ਬੇਬੀ ਪਿੰਕ ਟਾਈਪ ਕਲਰ ਹੈ ਤੁਸੀਂ ਇੱਥੋਂ ਨੋਟ ਕਰ ਲਓ ਕਲਰ ਠੀਕ ਹੈ ਅਤੇ ਇਹਨੂੰ ਤੁਸੀਂ ਡਾਰਕ ਪਿੰਕ ਨਾਲ ਪਾ ਲਓ ਲਾਈਟ ਪਿੰਕ ਨਾਲ ਪਾ ਲਓ ਮਹਿੰਦੀ ਗ੍ਰੀਨ ਨਾਲ ਪਾ ਲਿਓ ਪੂਰਾ ਸੂਟ ਬਣਾਓਗੇ ਪੂਰਾ ਸੂਟ ਵੀ ਬਹੁਤ ਅੱਛਾ ਲੱਗੂਗਾ ਫਰੋਕ ਸੂਟ ਬਣਾਓ ਗਾਊਨ ਬਣਾਓ ਜੋ ਮਰਜ਼ੀ ਬਹੁਤ ਪਿਆਰੀ ਆਈਟਮ ਹੈ ਸਿਰਫ 1250 ਚ ਠੀਕ ਹੈ ਜੀ ਨੈਕਸਟ ਬਹੁਤ ਪਿਆਰੀ ਫੀਲ ਹੈ ਸੂਟ ਦੀ ਠੀਕ ਹੈ ਅਤੇ ਇਹ ਇਸ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਮਤਲਬ ਫਾਰਮਲ ਲੁੱਕ ਦੇ ਵਿੱਚ ਆ ਜਾਊਗਾ ਸੂਟ ਤੁਹਾਡਾ ਡਿਊਟੀ 'ਤੇ ਪਾਓ ਜਿਵੇਂ ਮਰਜ਼ੀ ਵਾਸ਼ੇਬਲ ਫੈਬਰਿਕ ਹੈ ਈਜ਼ੀ ਗੋਇੰਗ ਅਤੇ ਇਹਦਾ ਹੈਗਾ ਜੀ ਡਬਲ ਕਰਦੀ ਹਾਂ ਮੈਂ ਹੈਲੋ ਆਹ ਕਲਰ ਹੈ ਹਲਕੇ ਹਲਕੇ ਕਲਰ ਨੇ ਬਹੁਤ ਸੋਹਣੇ ਅਤੇ ਵਿੱਚ ਖੂਬਸੂਰਤ ਪ੍ਰਿੰਟਿੰਗ ਠੀਕ ਹੈ ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 1250 ਰੁਪਇਆ 1250 'ਚ ਸੂਟ ਤੁਹਾਡੇ ਘਰ ਤੱਕ ਆਉਣਾ ਹੈ ਪੰਜਾਬ 'ਚ ਸਿਰਫ 1250 ਅਤੇ ਬਾਹਰ ਵਾਲੇ ਲਾ ਲਓ ਤੁਸੀਂ 50-60 ਰੁਪਏ ਹੋਰ ਲਾ ਲਓ ਸੂਟ ਮਗਰ ਠੀਕ ਹੈ ਸਾਡੀ ਮਜਬੂਰੀ ਹੈ ਹਨਾ ਪਲੀਜ਼ ਅਸੀਂ ਸੇਫ ਤੁਹਾਨੂੰ ਚੀਜ਼ ਭੇਜਣੀ ਚਾਹੁੰਦੇ ਹਾਂ ਤਾਂ ਸਾਡੇ ਨਾਲ ਇੱਕ ਦੋ ਵਾਰੀ ਹੋ ਗਿਆ ਕਿ ਰਸਤੇ 'ਚ ਚੀਜ਼ ਡੈਮੇਜ ਹੋ ਗਈ ਤਾਂ ਫਿਰ ਇਸ ਕਰਕੇ ਅਸੀਂ ਹੁਣ ਜਿਹੜੀਆਂ ਸਰਵਿਸਿਸ ਪਹਿਲਾਂ ਯੂਜ਼ ਕਰਦੇ ਸੀ ਉਹ ਚੇਂਜ ਕਰਾਂਗੇ ਅਤੇ ਜਿਹੜੀਆਂ ਅਸੀਂ ਹੁਣ ਲਵਾਂਗੇ ਉਹਦਾ ਤੁਹਾਨੂੰ ਇਹ ਫਾਇਦਾ ਹੋਣਾ ਇੱਕ ਤਾਂ ਚੀਜ਼ ਤੁਹਾਨੂੰ ਛੇਤੀ ਮਿਲੂਗੀ ਪਹਿਲਾਂ ਨਾਲੋਂ ਅਤੇ ਇੱਕ ਸੇਫ ਮਿਲੂਗੀ ਠੀਕ ਹੈ ਲਓ ਜੀ ਅਗਲਾ ਦੇਖੋ ਮਾਈ ਗਾਡ ਦੇਖੋ ਨੀ ਚੱਕੋ ਹੈ ਤਾਂ ਇਹਦੇ ਵਿੱਚ ਹਲਕਾ ਜਿਹਾ ਘੁੱਗੀ ਰੰਗਾ ਜਿਹਾ ਰੰਗ ਗ੍ਰੇ ਟੋਨ ਹਲਕੀ ਜਿੰਨੀ ਕੁ ਘੁੱਗੀ ਹੁੰਦੀ ਹੈ ਬਸ ਉਨਾ ਕੁ ਤੇ ਉਹਦੇ ਉੱਤੇ ਪੀਲੇ ਦੇ ਫੁੱਲ ਸਿੰਗਲ ਕਲਰ ਲਾ ਲਓ ਤੁਸੀਂ ਹਨਾ ਫੁੱਲਾਂ ਦਾ ਤੇ ਬਹੁਤ ਜ਼ਿਆਦਾ ਪਿਆਰੀ ਆਈਟਮ ਬਣਨੀ ਹੈ ਬਹੁਤ ਪਿਆਰੀ ਬਿਊਟੀਫੁੱਲ ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 1250 ਇਹ ਜੇ ਨਾ ਤੁਹਾਡੇ ਕੋਲ ਸਿਲਕ ਦੀਆਂ ਸਲਵਾਰਾਂ ਪਈਆਂ ਹੈ ਨਾ ਕਈ ਵਾਰੀ ਆਪਣੇ ਜਿਵੇਂ ਸੂਟਾਂ ਦੀਆਂ ਪਈਆਂ ਹੋਈਆਂ ਉਹਨਾਂ ਸਲਵਾਰਾਂ ਨਾਲ ਵੀ ਬਹੁਤ ਵਧੀਆ ਕੰਬੀਨੇਸ਼ਨ ਬਣਨਗੇ ਤੁਹਾਡੇ ਵਿਦਆਊਟ ਵਰਕ ਵੀ ਇਹ ਤੁਸੀਂ ਉਹਦੇ ਨਾਲ ਕੋਈ ਫਰਾਕ ਬਣਾ ਲਓ ਕੋਈ ਮਤਲਬ ਸਿੰਪਲ ਸ਼ਰਟ ਬਣਾ ਲਓ ਹਲਕੀ ਜਿਹੀ ਡਿਜ਼ਾਈਨਿੰਗ ਕਰਾ ਕੇ ਤੁਹਾਡਾ ਉਹ ਸੂਟ ਦੁਪੱਟਾ ਵੀ ਬਿਲਕੁਲ ਚੱਲਦਾ ਹੈ ਅਤੇ ਇੱਦਾਂ ਤਾਂ ਹੈ ਹੀ ਹੈ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਜਸਟ ਪਿੱਕ ਲਓ ਜੀ 1250 ਚ ਅਗਲਾ ਫੈਬਰਿਕ ਬਹੁਤ ਪਿਆਰਾ ਆਉਣ ਵਾਲਾ ਤੁਹਾਡੇ ਕੋਲ ਲਸ਼ ਲਸ਼ ਕਰਨ ਦਾ ਫੈਬਰਿਕ ਆਊਗਾ ਤੁਹਾਡੇ ਕੋਲ ਸੂਟ ਮੈਨੂੰ ਪਤਾ ਨਹੀਂ ਤੁਹਾਨੂੰ ਵੀਡੀਓ 'ਚ ਲਸਟਰ ਮਿਲੀ ਕਿ ਨਹੀਂ ਮਿਲੀ ਬਟ ਹੈ ਬਹੁਤ ਸੋਹਣਾ ਸੂਟ ਦੇਖੋ ਅਗਲਾ ਦੇਖੋ
वाइट बेस है कि क्रीम है? क्रीम आ, हल्का जा क्रीमी बेस है, ते ओदे उपर लाइट शेड यूज करके पिंक एंड पीच जा कलर यूज करके फ्लावर बने हुए ने, बहुत प्यारा क्रीम सलवार दे नाल, पिंक सलवार दे नाल, हर किसी चीज मतलब ओदे नाल बहुत प्यारा जाऊगा बॉटम दे नाल। ते प्राइस साढ़े लो जी एक हूँ तुम दें आप छोटा प्रिंट देखो जी लो। इस गल तुम बेफिक्र रहना भी पता नहीं ये सटना तो गर्मी च नहीं पैनी, गर्मी का ही फैब्रिक तैयार किया फर्म ने। ठीक है देखो प्रिंट देखो कितना सोहना छोटे प्रिंट के कलर भी गाजरी नालों थोड़ा जहा हटके है, डिफरेंट जी लुक है कलर की। ठीक है बहुत रिच लुक का सूट है, बहुत रिच लुक का जस्ट पिक आइटम है। तुम बॉटम के उत्ते एडे एडे फुलों का ही माड़ा माड़ा वर्क करा लियो तो बहुत प्यारा सूट रेडी होना थोड़ा। ठीक है जे तुम इन क्रीम नाल यूज़ करना जी ऐ करना है तो वैसे पूरा ही बहुत सोहना लगेगा क्योंकि छोटा प्रिंट है तो वैसे ही बहुत प्यारा लगना है। 1250 च सूट थोड़े घर। नैक्सट लो जी अगला आ गया जी घुलवी जी प्रिंटिंग का। ठीक है घुलवा जहा प्रिंट है तो मस्टर्ड टोन के उत्ते कलर है ना, कॉफी एंड मस्टर्ड। हाँ जी कॉफी भी डार्क नहीं है, कॉफी एंड मस्टर्ड थोड़े को ठीक आ गया हमने तो अंबी तो हटके है बहुत सोहना। ठीक है तो ब्यूटीफुल फैब्रिक विद ब्यूटीफुल प्रिंटिंग किसी भी एज ग्रुप में सूट करता, प्राइस मिलना है 1250। देखो लो जी आ गया थोड़े कोल, हुण इहनूं कुछ भी होर कहण दी लोड़ नहीं, बहुत सोहनी लुक दे विच फ्लावर प्रिंट बहुत प्यारा लगदा गर्मियां दे विच पाए हुए इह जी कलरफुल जी सूट, चाहे टेढ़ियां लाइनां जां टेढ़ियां लाइनस जीआं दे फॉर्म दे विच है इह। आ देखो तुहानूं आ ही गईआं डार्क एंड लाइट जीआं। ठीक है ते बहुत प्यारी लुक दे विच तुहाडीआं ड्रेसिस रेडी होनी है जे तुसीं गर्मी दे विच कोई फंक्शन भी देखना है ना तुसीं इहदा चाहे लहंगा बनाओ चाहे तुसीं गाउन बनाओ बहुत अच्छा लगेगा। ते प्राइस मिलेगा 1250 रुपए। नैक्सट लो जी एक तो वध के एक है स्काई ब्लू, स्काई ब्लू हल्का जहा स्काई ब्लू है, मैं दूरा कर दी हाँ दूरा दा भी तीरा हूँ जो कलर आया नोट कर लो। ठीक है हल्का स्काई ब्लू कलर है तो नाल खिड़वी लुक दे बिखरवी बिखरवी फुल बहुत प्यारा सूट रेडी होना है थोड़ा। ठीक है जस्ट फॉर 1250। ठीक नेक्स्ट लो जी देखो बहुत प्यारा सूट रेडी होना है, बहुत प्यारा कोई कंप्लेंट नहीं फैब्रिक की कुछ नहीं पर बनूगा तो लाइनिंग है ना, बहुत प्यारी लुक दे विच देखो तुसीं सूट डिफाइन करना ही औखा है, मल्टी कलर जी जिहड़े प्रिंट होंदे आ बहुत प्यारे लगदे आ। ठीक है पिंक पुंक सलवारां आम होंदियां अपने कोले, पिंक सलवार नाल भी पा सकदे हो ते जे तुसीं कोई गाउन वगैरह जां फ्रॉक वगैरह बनाउणी है तां गल अलग है। ते प्राइस मिलेगा 1250। लास्ट एंड मोस्ट ब्यूटीफुल हाईली डिमांडेड कलर लो जी देखो ये हैगा जी बिल्कुल सही आया, बिल्कुल सही आया बस फिर जामनी जी टोन है मोर तो थोड़ा जा डार्क है ना, ते विच पिंक दी छोटे छोटे गुच्छियां दी फुल्लां दी बहुत प्यारा लग रहा सूट। ते प्राइस मिलना है सिर्फ 1250। अगे मैं ना किसी एक अद्धे नूं जरूर कहनी है कि आ मेरा फेवरेट है, अज जिहड़ा बच गया बस उही पा लैणा जिहड़ा अज ही बच गया मेरे वास्ते क्योंकि मैनूं सारे बहुत सोहणे लगे, सूट बहुत सोहणे ने साढ़े ते यकीन करके तुसीं आराम नाल इह नवां एक्सपैरिमेंटल फैब्रिक मंगा सकदे हो, कोई इशू नहीं होगा फैब्रिक का। ठीक है सो यह सी साडी अज दी कलैक्शन। हाँ दुपट्टे इहनां दे नाल नहीं हैगे तां दुपट्टे जे साढ़े तों किसी नूं चाहीदा होगा विदाउट डाई भेज सकांगे। ठीक है विद डाई तुसीं अपने आप करा लियो। लो जी यह सी अज दी कलैक्शन, उम्मीद करते थोड़ी साड़ी कलैक्शन पसंद आई होगी, लाइक शेयर ते कमेंट करते रहना वो नहीं भूलना,
शेयर जरूर कर दिया करो। बाकी अपने बजुर्गों का ख्याल रखो, धियां भैणों का माण वधाओ, इन्हां भैणों नाल भी जुड़े रहो। बहुत जल्द आपां अगली किसी वीडियो च होर सोहनी वरायटी नाल मिलांगे।